ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 13 ਮਈ ਦਿਨ ਸੋਮਵਾਰ ਸਵੇਰ ਦੇ ਕਰੀਬ 7:30 ਵਜੇ ਮਿਊਂਸਪਲ ਪਾਰਕ ਕੋਟਕਪੂਰਾ 'ਚ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਸਾਹਿਤਕ ਮਹਿਫਲ ਸ਼ੁਰੂ ਹੋਣ ਜਾ ਰਹੀ ਹੈ ਅਤੇ ਸਾਹਿਤਕ ਮਹਿਫਲ ਦੀ ਸ਼ੁਰੂਆਤ ਕਿਹਦੇ ਤੋਂ ਕੀਤੀ ਜਾਵੇ? ਲਓ ਜੀ, ਫਿਰ ਉੱਥੇ ਆ ਕੇ ਸੂਈ ਟਿੱਕੀ ਮੇਹਰ ਮਿੱਤਲ, ਡਾਕਟਰ ਦੇਵਰਾਜ ਮੋਗੇ ਵਾਲੇ ਉਰਫ ਮੇਹਰ ਮਿੱਤਲ ਜੀ ਕੀ ਲੈ ਕੇ ਆਏ ਨੇ? ਅਮੀਰ ਆਦਮੀ ਉਹ ਨਹੀਂ ਜਿਹੜਾ ਪੈਸੇ ਇਕੱਠੇ ਕਰਦਾ, ਅਮੀਰ ਆਦਮੀ ਉਹ ਨਹੀਂ ਜਿਹੜਾ ਬਹੁਤ ਕਮਾਈ ਕਰਦਾ, ਅਮੀਰ ਆਦਮੀ ਉਹ ਨਹੀਂ ਜਿਹੜਾ ਜੋੜਦਾ, ਅਮੀਰ ਆਦਮੀ ਉਹ ਜਿਹੜਾ ਕਹਿੰਦਾ ਮੇਰੇ ਕੋਲ ਪੈਸੇ ਦੀ ਲੋੜ ਹੀ ਨਹੀਂ ਪੈਂਦੀ। ਆਹ ਵਾਹ ਜੀ ਵਾਹ। ਹਾਂਜੀ ਪਿਆਸਾ ਜੀ, ਇੱਕ ਅਰਜ਼ ਹੈ, ਠੱਗਾਂ ਦੇ ਹੁਣ ਰੂਪ ਬਦਲ ਗਏ, ਠੱਗਾਂ ਦੇ ਹੁਣ ਰੂਪ ਬਦਲ ਗਏ, ਗੱਲਬਾਤ ਸਲੂਕ ਬਦਲ ਗਏ ਜੀ, ਠੱਗਾਂ ਦੇ ਹੁਣ ਰੂਪ ਬਦਲ ਗਏ, ਗੱਲਬਾਤ ਸਲੂਕ ਬਦਲ ਗਏ, ਪੱਥਰ ਦੀ ਸਿਲ ਵਰਗੇ ਅੰਦਰੋਂ, ਪੱਥਰ ਦੀ ਸਿਲ ਵਰਗੇ ਅੰਦਰੋਂ ਬਾਹਰੋਂ ਦਿਸਣ ਮਲੂਕ ਬਦਲ ਗਏ, ਫਰਕ ਪਛਾਣ ਨਾ ਰਹੀ ਭੋਰਾ, ਸੱਤ ਬਦਲਿਆ ਝੂਠ ਬਦਲ ਗਏ, ਮੋਹ ਬਦਲਿਆ ਮਮਤਾ ਬਦਲੀ, ਮਿਲਵਰਤਨ ਰਸੂਖ ਬਦਲ ਗਏ, ਤੋਂ ਲਾਸਟ ਹੈ ਹੰਝੂ ਹੋ ਕੇ ਹਵਾ ਬਦਲੇ, ਪਿਆਸੇ ਪੀੜਾ ਹੂਕ ਬਦਲ ਗਏ। ਵਾਹ ਜੀ ਵਾਹ। ਗੁਪਤਾ ਜੀ, ਪ੍ਰਭੂ ਪ੍ਰੇਮੀ ਜੀ, ਜੋ ਧਨ ਕਮਾਤੇ ਹੈ ਵਹਿ ਜ਼ਰੂਰੀ ਨਹੀਂ ਕਿ ਦੁਆਏ ਕਮਾਤੇ ਹੈ, ਲੇਕਿਨ ਜੋ ਦੁਆਏ ਕਮਾਤੇ ਹੈ ਉਹ ਸ਼ਮਤਾ ਸੇ ਜ਼ਿਆਦਾ ਧਨ ਕਮਾਤੇ ਹੈ। ਧਨ ਹਮੇ ਆਰਾਮ ਦੇਤਾ ਹੈ ਔਰ ਦੁਆਏ ਖੁਸ਼ੀ ਸਿਹਤ ਔਰ ਪਿਆਰੇ ਰਿਸ਼ਤੇ ਦੇਤੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਗੋਂਦਾ ਗੇਰਾ ਮੀਤਾ ਜੀ, ਵੱਡੀ ਗੱਲ ਨੂੰ ਥੋੜੇ ਸ਼ਬਦਾਂ 'ਚ ਕਹਿਣਾ ਹੀ ਸਮਝਦਾਰੀ ਹੈ। ਵਾਹ ਜੀ ਵਾਹ। ਹਾਂਜੀ ਬਬਲੂ ਜੀ, ਇਹ ਬਬਲੂ ਤੇ ਮੀਤਾ ਇਕੱਠੇ ਪੜੇ ਆ ਜੀ। ਹਾਂਜੀ ਚੰਨੀ ਜੀ, ਬੱਬੂ ਜੀ, ਨਸ਼ੇ ਕੀ ਆਦਤ ਤੇਰੀ ਆਂਖੋਂ ਨੇ ਲਗਾਈ ਹੈ, ਵਰਨਾ ਕਭੀ ਹਮ ਵੀ ਹੋਸ਼ ਮੇ ਜੀਆ ਕਰਦੇ। ਸੁਭਨਣ ਸਾਹਿਬ, ਦੋਸਤ ਦਵਾਈ ਤੋਂ ਵੀ ਜ਼ਿਆਦਾ ਚੰਗੇ ਹੁੰਦੇ ਹਨ, ਕਿਉਂਕਿ ਚੰਗੀ ਦੋਸਤੀ ਕਦੇ ਐਕਸਪਾਇਰ ਨਹੀਂ ਹੁੰਦੀ। ਵਾਹ ਜੀ ਵਾਹ। ਤਿੰਗੜਾ ਜੀ, ਹਾਂਜੀ ਛੋਟੇ, ਕੀ ਨਾਂ ਤੇਰਾ? ਮੋਨੂ ਮਲਕ। ਮੰਗਲ। ਮੰਗਲ ਮੋਨੂ ਜੀ, ਹੈ ਕੁਛ ਬਿੱਟਾ ਜੀ? ਨਿਸ਼ਾਨ ਜੀ, ਜੋ ਮਰਜ਼ੀ ਬਣੋ ਮੁਬਾਰਕ ਹੈ, ਪਰ ਪਹਿਲਾਂ ਬਸ ਇਨਸਾਨ ਬਣੋ। ਆਏ ਹਾਏ ਹਾਏ, ਬਿਲਕੁਲ ਸਹੀ। ਚੰਦਰ ਜੀ, ਬਲਵੀਰ ਜੀ, ਜਿਸ ਪੈਮਾਨੇ ਨਾਲ ਤੁਸੀਂ ਲੋਕਾਂ ਨੂੰ ਮਿਲਦੇ ਹੋ ਉਸੇ ਪੈਮਾਨੇ ਨਾਲ ਤੁਹਾਨੂੰ ਮਿਲਿਆ ਜਾਂਦਾ ਹੈ। ਆਏ ਹਾਏ ਹਾਏ ਹਾਏ, ਵਾਹ ਜੀ ਵਾਹ। ਹਾਂਜੀ ਪੱਪੂ ਲੋਹਰੀਆ ਜੀ, ਬਿੱਟੂ ਜੀ, ਸੱਤਿਆ ਕਹੋ ਸਪਸ਼ਟ ਕਹੋ ਨਾ ਸੁੰਦਰ ਝੂਠ, ਚਾਹੇ ਕੋਈ ਖੁਸ਼ ਰਹੇ ਚਾਹੇ ਜਾਏ ਰੂਠ, ਕੋਈ ਵੀ ਵਿਅਕਤੀ ਹਮਾਰਾ ਮਿੱਤਰ ਜਾਂ ਸ਼ਤਰੂ ਬਣ ਕਰ ਨਹੀਂ ਆਤਾ, ਹਮਾਰਾ ਵਿਵਹਾਰ ਉਹ ਸ਼ਬਦ ਹੀ ਲੋਕੋ ਕੋ ਮਿੱਤਰ ਔਰ ਸ਼ਤਰੂ ਬਣਾ। ਵਾਹ ਜੀ ਵਾਹ। ਭੱਟੀ ਸਾਹਿਬ, ਆਂਸੂ ਨਾ ਹੋਤੇ ਤੋ ਆਖੇ ਖੂਬਸੂਰਤ ਨਾ ਹੋਤੀ, ਪਰ ਦਰਦ ਨਾ ਹੋਤਾ ਤੋ ਖੁਸ਼ੀਆਂ ਕੀ ਕੀਮਤ ਨਾ ਹੋਤੀ, ਪੂਰੀ ਕਰਤਾ ਰੱਬ ਯੂੰ ਹੀ ਕਿਸੇ ਸਭੀ ਕੀ ਮੁਰਾਦੇ, ਤੋ ਇਬਾਦਤ ਕੀ ਕਿਸੇ ਕੋ ਜ਼ਰੂਰਤ ਨਾ ਹੋਤੀ। ਵਾਹ ਜੀ ਵਾਹ। ਹਾਂਜੀ ਪ੍ਰੀਤਮ ਸਿੰਘ ਜੀ, ਕਬੀਰਾ ਤੇਰੀ ਝੋਪੜੀ ਗੱਲ ਕੱਟੀਆਂ ਕੇ ਪਾਸ, ਉਹ ਕਹਿੰਦਾ ਕਰਨਗੇ ਸੋ ਭਰਨਗੇ, ਤੂੰ ਕਿਉਂ ਪਏ ਉਦਾਸ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਟੋਨੀ ਜੀ, ਦੁਨੀਆ ਮੇ ਰਹਿਣੇ ਕੀ ਸਭਸੇ ਅੱਛੀ ਦੋ ਜਗ੍ਹਾ, ਯਾ ਤੋ ਕਿਸੀ ਕੇ ਦਿਲ ਮੇ ਯਾ ਕਿਸੀ ਕੀ ਦੁਆਓਂ ਮੇ। ਆਏ ਹਾਏ ਹਾਏ ਹਾਏ। ਹਾਂਜੀ ਮਾਸਟਰ ਜੀ, ਰਾਜ ਕੁਮਾਰ ਮੋਂਗਾ ਜੀ, ਮਾਸਟਰ ਊਧਮ ਸਿੰਘ ਬਰਾੜ ਜੀ, ਕੰਵਰਜੀਤ ਸਿੰਘ ਸੇਠੀ ਜੀ, ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ, ਉਸ ਤੋਂ ਵੱਡਾ ਕੋਈ ਧਰਮ ਨਹੀਂ। ਵਾਹ ਜੀ ਵਾਹ। ਰਾਮ ਗੜੀਆ ਜੀ, ਮੇਰਾ ਮਨ ਲੋਚੇ ਗੁਰਦਰਸ਼ਨ ਥਾਈ, ਬਿਲਕ ਕਰੇ ਚਾਤਰਕੀ ਨਹੀਂ, ਬਿਲਕ ਕਰੇ ਚਾਤਰਕੀ ਨਹੀਂ। ਨਰੂਲਾ ਜੀ, ਛਿੰਦਾ ਜੀ, ਸੱਚ ਦੇਵਾ ਜੀ, ਰਾਜਾ ਜੀ, ਸਿੱਧੂ ਸਾਹਿਬ, ਕਰ ਭਲਾ ਹੋ ਭਲਾ। ਵਾਹ ਜੀ ਵਾਹ। ਮਾਸਟਰ ਸੋਮਿੰਦਰ ਸਿੰਘ ਸੁਨਾਮੀ, ਸੁਕਰਾਤ ਜੀ ਦਾ ਕਥਨ ਹੈ, ਆਲਸ ਵਿੱਚ ਜੀਵਨ ਬਤੀਤ ਕਰਨਾ ਖੁਦਕਸ਼ੀ ਕਰਨ ਦੇ ਬਰਾਬਰ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਪ੍ਰੋਫੈਸਰ ਸਾਹਿਬ, ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਏ ਤੇਰੀ ਨਾ ਏ ਮੇਰੀ। ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ, ਉਹਨਾਂ ਸਾਰੇ ਵੀਰਾਂ ਦੇ ਚੰਗੇਰੇ ਭਵਿੱਖ ਦੀਆਂ, ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਗੁਰਿੰਦਰ ਸਿੰਘ ਕੋਟਕਪੂਰਾ, ਤਾੜੀ ਮਾਰਿਆ ਕਰੋ ਯਾਰ।